ਹੈਲੋ ਸਟੂਡੈਂਟਸ ਸਵਾਗਤ ਹੈ ਤੁਹਾਡਾ ਸਾਇੰਸ ਸਟੱਡੀ ਦੇ ਉੱਪਰ ਆਪਾਂ ਇਸ ਚੈਨਲ ਉੱਪਰ ਈਟੀਟੀ ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਆਈ ਹੋਪ ਤੁਹਾਨੂੰ ਸਭ ਨੂੰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਹੋਣਗੀਆਂ ਅਗਰ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਅੱਜ ਆਪਾਂ ਨਿਊ ਟੌਪਿਕ ਪੜਨ ਵਾਲੇ ਹਾਂ ਜਿਹੜਾ ਕਿ ਕੈਮਿਸਟਰੀ ਪਾਰਟ ਦਾ ਇੱਕ ਟੌਪਿਕ ਹੈ ম্যাਟਰ ਅਰਾਊਂਡ ਅਸ ਇਜ਼ ਪਿਓਰ ਔਰ ਇੰਪਿਓਰ ম্যাਟਰ ਕੀ ਚੀਜ਼ ਹੁੰਦੀ ਹੈ ম্যাਟਰ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਮਾਦਾ ਠੀਕ ਹੈ ਆਪਣੇ ਆਲੇ ਦੁਆਲੇ ਜਿੰਨੀਆਂ ਵੀ ਚੀਜ਼ਾਂ ਨੇ ਹਰ ਇੱਕ ਚੀਜ਼ ਜੋ ਆਪਾਂ ਦੇਖ ਸਕਦੇ ਹਾਂ ਉਹ ਕੀ ਮੈਟਰ ਦੀ ਬਣੀ ਹੁੰਦੀ ਹੈ ਠੀਕ ਹੈ ਮੈਟਰ ਨੂੰ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਕਿ ਮੈਟਰ ਕੀ ਚੀਜ਼ ਹੈ ਮੈਟਰ ਕੋਈ ਵੀ ਇਹੋ ਜੀ ਚੀਜ਼ ਹੈ ਜਿਹਦਾ ਕੀ ਆ ਭਾਰ ਹੁੰਦਾ ਤੇ ਜਿਹੜੀ ਕੀ ਆ ਥਾਂ ਘੇਰਦੀ ਆ ਆਪਣੇ ਆਲੇ ਦੁਆਲੇ ਜਿੰਨੀਆਂ ਵੀ ਚੀਜ਼ਾਂ ਨੇ ਜਿਨ੍ਹਾਂ ਦਾ ਕੀ ਹੈ ਪੁੰਜ ਹੁੰਦਾ ਤੇ ਜਿਹੜੀ ਕੀ ਹੈ ਥਾਂ ਘੇਰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਮੈਟਰ ਕੋਈ ਵੀ ਸਪੇਸ ਅਕੂਪਾਈ ਕਰੇ ਜਾਂ ਕੋਈ ਵੀ ਉਹਦਾ ਭਾਰ ਹੋਵੇ ਉਹ ਕੀ ਮੈਟਰ ਹੈ ਜਿੰਨੀਆਂ ਵੀ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਟੇਬਲ ਚੇਅਰ ਦਰਵਾਜ਼ਾ ਹੋ ਗਿਆ ਕੰਧ ਹੋ ਗਈ ਜਿਹੜੀ ਵੀ ਚੀਜ਼ ਹੈ ਹਰ ਇੱਕ ਕੀ ਹੈ ਮੈਟਰ ਹੈ ਇਸ ਤਰੀਕੇ ਨਾਲ ਆਪਣੇ ਲੈਵਲ ਤੇ ਆਪਾਂ ਮੈਟਰ ਨੂੰ ਤਿੰਨ ਤਰੀਕਿਆਂ ਦੇ ਨਾਲ ਡਿਵਾਈਡ ਕਰਦੇ ਹਾਂ ਫਰਸਟ ਹੈਗਾ ਸੋਲਿਡ ਲਿਕਵਿਡ ਐਂਡ ਗੈਸ ਸੋਲਿਡ ਕੀ ਹੁੰਦਾ ਜਿਹਨੂੰ ਆਪਾਂ ਪੰਜਾਬੀ ਚ ਠੋਸ ਕਹਿੰਦੇ ਆ ਲਿਕਵਿਡ ਤਰਲ ਤੇ ਗੈਸ ਗੈਸੀ ਕਹਿੰਦੇ ਆ ਸੋਲਿਡ ਕੀ ਚੀਜ਼ ਹੁੰਦੀ ਆ ਜਿਹੜੀ ਆਪਾਂ ਜਿਵੇਂ ਕੁਰਸੀ ਆ ਟੇਬਲ ਆ ਚੇਅਰ ਆ ਠੀਕ ਹੈ ਇਹ ਸਾਰੀਆਂ ਕੀ ਲੇਗੀਆਂ ਸੋਲਿਡ ਨੇ ਠੋਸ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਦਿਖਾਈ ਦਿੰਦੇ ਨੇ ਠੋਸ ਜਿਨ੍ਹਾਂ ਦੇ ਵਿੱਚ ਕੀ ਐ ਮੋਲੀਕਿਊਲ ਪ੍ਰੋਪਰ ਅਰੇਂਜ ਨੇ ਉਹਨੂੰ ਕਹਿੰਦੇ ਆਪਾਂ ਸੋਲਿਡ ਸੈਕੰਡ ਆ ਕੇ ਆਪਣੇ ਕੋਲੇ ਲਿਕਵਿਡ ਯਾਨੀ ਕਿ ਤਰਲ ਤਰਲ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀ ਵੋਲੀਅਮ ਹੁੰਦੀ ਆ ਪਰ ਫਿਕਸ ਨਹੀਂ ਹੁੰਦੀ ਠੀਕ ਐ ਮਾਸ ਹੁੰਦਾ ਪਰ ਵੋਲੀਅਮ ਫਿਕਸ ਨਹੀਂ ਹੁੰਦੀ ਆਪਾਂ ਜਿਹੜੀ ਵੀ ਚੀਜ਼ ਦੇ ਵਿੱਚ ਇਹਨੂੰ ਪਾਈਏ ਇਹ ਉਸੇ ਦਾ ਆਕਾਰ ਲੈ ਲੈਂਦੀ ਹੈ ਜਿਵੇਂ ਕਿ ਪਾਣੀ ਆ ਦੇਖੋ ਪਾਣੀ ਦੀ ਵੋਲੀਅਮ ਤਾਂ ਹੈਗੀ ਹੈ ਪਰ ਆਪਾਂ ਉਹਨੂੰ ਜਿਹੜੀ ਚੀਜ਼ ਦੇ ਵਿੱਚ ਪਾਉਣੇ ਆ ਉਸੇ ਦਾ ਆਕਾਰ ਲੈ ਲੈਂਦਾ ਹੈ ਠੀਕ ਹੈ ਇਹੋ ਜੀ ਚੀਜ਼ ਨੂੰ ਆਪਾਂ ਕੀ ਕਹਿੰਦੇ ਆ ਲਿਕਵਿਡ ਗੈਸਸ ਕਿ ਹੁੰਦਾ ਜਿੰਦਾ ਨਾ ਕੋਈ ਫਿਕਸ ਵੋਲੀਅਮ ਹੈ ਨਾ ਹੀ ਫਿਕਸ ਕੀ ਹੈ ਸ਼ੇਪ ਹੈ ਕੋਈ ਵੀ ਚੀਜ਼ ਫਿਕਸ ਨਹੀਂ ਹੈਗੀ ਗੈਸਸ ਕਿ ਨਿਆਲ ਦਵਾਲੇ ਜਿੰਨੀ ਵੀ ਦੂਰ ਤੱਕ ਫੈਲ ਸਕਦੀਆਂ ਨੇ ਠੀਕ ਹੈ ਹੁਣ ਆਪਾਂ ਮੋਲੀਕਿਊਲ ਦੇ ਬੇਸ ਤੇ ਦੇਖੀਏ ਆਪਾਂ ਦੇਖਦੇ ਆਂ ਕਿ ਜਿਹੜੇ ਸੋਲਿਡ ਲਿਕਵਿਡ ਤੇ ਗੈਸਸ ਨੇ ਇਹ ਸਾਰੇ ਕਿਹਦੇ ਬਣੇ ਹੋਏ ਨੇ ਐਟਮਸ ਦੇ ਬਣੇ ਹੋਇਆ ਐਟਮ ਕੀ ਚੀਜ਼ ਹੁੰਦੀ ਹੈ ਸਭ ਤੋਂ ਛੋਟਾ ਪਾਰਟੀਕਲ ਸਭ ਤੋਂ ਛੋਟੀ ਚੀਜ਼ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਪਰਮਾਣੂ ਕਹਿੰਦੇ ਆ ਸਭ ਤੋਂ ਛੋਟੀ ਚੀਜ਼ ਜਿਹਨੂੰ ਆਪਾਂ ਹੋਰ ਅੱਗੇ ਟੁਕੜਿਆਂ 'ਚ ਡਿਵਾਈਡ ਨਹੀਂ ਕਰ ਸਕਦੇ ਉਹਨਾਂ ਨੂੰ ਕੀ ਕਹਿੰਦੇ ਆਪਾਂ ਪਰਮਾਣੂ ਆਪਾਂ ਨੂੰ ਪਤਾ ਹੈ ਕਿ ਜਿਹੜਾ ਸੋਲਿਡ ਹੈ ਲਿਕਵਿਡ ਹੈ ਗੈਸ ਹੈ ਤਿੰਨੇ ਚੀਜ਼ਾਂ ਕਾਦੀਆਂ ਬਣੀਆਂ ਹੋਈਆਂ ਨੇ ਪਰਮਾਣੂ ਦੀਆਂ ਬਣੀਆਂ ਹੋਈਆਂ ਨੇ ਪਰਮਾਣੂ ਤੋਂ ਮਿਲ ਕੇ ਕੀ ਬਣਦਾ ਹੈ ਅਣੂ ਬਣਦਾ ਹੈ ਰਮਾਣੂ ਤੋਂ ਮਿਲ ਕੇ ਕੀ ਬਣਦਾ ਹੈ ਆਨੂ ਜਿਨੂੰ ਆਪਾਂ ਕਹਿੰਦੇ ਮੋਲੀਕਿਊਲ ਹੁਣ ਆਪਾਂ ਦੇਖਦੇ ਹਾਂ ਮੋਲੀਕਿਊਲਸ ਦੀ ਅਰੇਂਜਮੈਂਟ ਦੇਖੋ ਸੋਲਿਡ ਦੇ ਵਿੱਚ ਥੋਸ ਦੇ ਵਿੱਚ ਆਪਾਂ ਦੇਖੀਏ ਤਾਂ ਇਹ ਪ੍ਰੋਪਰ ਅਰੇਂਜ ਨੇ ਇਹਨਾਂ ਦੇ ਵਿੱਚ ਕੋਈ ਵੀ ਖਾਲੀ ਜਗ੍ਹਾ ਨਹੀਂ ਕਿਤੇ ਵੀ ਕੋਈ ਖਾਲੀ ਜਗ੍ਹਾ ਨਹੀਂ ਹੈਗੀ ਸਾਰੇ ਇੱਕ ਦੂਜੇ ਨਾਲ ਪ੍ਰੋਪਰਲੀ ਜੁੜੇ ਹੋਏ ਨੇ ਉਹਨੂੰ ਆਪਾਂ ਕਹਿੰਦੇ ਆ ਸੋਲਿਡ ਲਿਕਵਿਡ ਕੀ ਹੈ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿਤੇ ਕਿਤੇ ਕੀ ਵਿਚਕਾਰ ਖਾਲੀ ਜਗ੍ਹਾ ਹੈਗੀ ਆ ਤਾਂ ਜਿੰਨਾ ਵਿੱਚ ਥੋੜੀ-ਮੋਟੀ ਖਾਲੀ ਜਗ੍ਹਾ ਹੋਵੇ ਪ੍ਰੋਪਰ ਅਰੇਂਜ ਨਾ ਹੋਣ ਉਹਨੂੰ ਆਪਾਂ ਕਹਿੰਦੇ ਆ ਲਿਕਵਿਡ ਜਾਂ ਕੀ ਤਰਲ ਗੈਸਸ ਜਿਵੇਂ ਦੇਖੋ ਇਹਨਾਂ ਵਿੱਚ ਕਿੰਨੀ ਸਪੇਸ ਖਾਲੀ ਪਈ ਆ ਗੈਸਸ ਕਿ ਬਹੁਤ ਦੂਰ ਤੱਕ ਫੈਲ ਸਕਦੀਆਂ ਨੇ ਬਹੁਤ ساری ਖਾਲੀ ਜਗ੍ਹਾ ਹੁੰਦੀ ਹੈ ਇਹਨਾਂ ਦੇ ਵਿੱਚ ਉਹਨੂੰ ਕੀ ਕਹਿੰਦੇ ਆਪਾਂ ਗੈਸ ਅੱਗੇ ਆਪਾਂ ਦੇਖਦੇ ਹਾਂ ਹੋਰ ਮੈਟਰ ਨੂੰ ਕਿਵੇਂ ਡਿਵਾਈਡ ਕਰ ਸਕਦੇ ਆਪਾਂ ਇਹਦੇ ਵਿੱਚ ਆਪਾਂ ਨੇ ਸਿਰਫ ਇਹ ਹੈਡਿੰਗ ਯਾਦ ਕਰਨੀਆਂ ਤੇ ਉਹਨਾਂ ਨੂੰ ਸਮਝਣਾ ਹੈਗਾ ਠੀਕ ਹੈ ਇਹਦੇ ਵਿੱਚ ਸਿਰਫ ਆਪਣੇ ਪੁੱਛਿਆ ਜਾ ਸਕਦਾ ਕਿ ਮੈਟਰ ਨੂੰ ਕਿੰਨੇ ਭਾਗਾਂ 'ਚ ਆਪਾਂ ਵੰਡ ਸਕਦੇ ਹਾਂ ਤੇ ਅੱਗੇ ਜਿਹੜੇ ਮੈਟਰ ਦੇ ਭਾਗ ਨੇ ਉਹਨਾਂ ਨੂੰ ਕਿੰਨੇ-ਕਿੰਨੇ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਠੀਕ ਹੈ ਉਹਨਾਂ ਦੇ ਨਾਮ ਪੁੱਛੇ ਜਾ ਸਕਦੇ ਆ ਡੈਫੀਨੇਸ਼ਨ ਨਹੀਂ ਪੁੱਛੀ ਹੋਗੀ ਪਰ ਤੁਸੀਂ ਡੈਫੀਨੇਸ਼ਨ ਨੂੰ ਕਲੀਅਰਲੀ ਸਮਝ ਲੈਣਾ ਸਾਰਿਆਂ ਨੇ ਠੀਕ ਹੈ ਦੇਖੋ ਮੈਟਰ ਨੂੰ ਆਪਾਂ ਦੋ ਤਰੀਕੇ ਨਾਲ ਡਿਵਾਈਡ ਕਰਦੇ ਹਾਂ ਫਿਜ਼ੀਕਲੀ ਐਂਡ ਕੈਮੀਕਲੀ ਹੁਣ ਫਿਜ਼ੀਕਲੀ ਦਾ ਕੀ ਮਤਲਬ ਹੈ ਫਿਜ਼ੀਕਲੀ ਦਾ ਮਤਲਬ ਹੈਗਾ ਜਿਨੂੰ ਆਪਾਂ ਰਿਵਰਸ ਕਰ ਸਕਦੇ ਆ ਇਹੋ ਜਿਹੇ ਕੰਡੀਸ਼ਨਾਂ ਜਿਨੂੰ ਨੂੰ ਆਪਾਂ ਵਾਪਸ ਲੈ ਕੇ ਆ ਸਕਦੇ ਆ ਇਹਦੇ ਤਰੀਕੇ ਨਾਲ ਆਪਾਂ ਕੀਏ ਤਿੰਨ ਤਰੀਕਿਆਂ ਨਾਲ ਡਿਵਾਈਡ ਕਰਦੇ ਆ ਸੋਲਿਡ ਲਿਕਵਿਡ ਗੈਸ ਜਿਹਨੂੰ ਆਪਾਂ ਆਲਰੇਡੀ ਡਿਸਕਸ ਕਰ ਚੁੱਕੀਆਂ ਕਿ ਸੋਲਿਡ ਕੀ ਹੁੰਦਾ ਲਿਕਵਿਡ ਕੀ ਹੁੰਦਾ ਗੈਸ ਅਗਰ ਆਪਾਂ ਨੂੰ ਪੁੱਛ ਲਿਆ ਕਿ ਮੈਟਰ ਹੈ ਜਿਹੜੀ ਫਿਜ਼ੀਕਲੀ ਤਰੀਕੇ ਨਾਲ ਕਿੰਨੇ ਤਰੀਕਿਆਂ ਚ ਡਿਵਾਈਡ ਕੀਤੀ ਗਈ ਹੈ ਤਾਂ ਆਪਾਂ ਕਹਾਂਗੇ 3 ਟਾਈਪਸ ਨੇ ਇਹਦੀਆਂ ਸੋਲਿਡ ਲਿਕਵਿਡ ਗੈਸ ਨੈਕਸਟ ਆ ਗਿਆ ਆਪਣੇ ਕੋਲ ਸੈਕੰਡ ਕੈਮੀਕਲੀ कैमिकली यदि कंपोजिशन के वेस्ट से स्ट्रक्चर के वेस्ट से ठीक है आपने डिवाइड करें किमें बनी है यह चीज़ उन्हों कहने कैमिकली कैमिकली दो तरीके डिवाइड करते हैं आप प्योर सबसटांस एंड इमप्योर प्योर मतलब कि शुद्ध अशुद्ध ठीक है शुद्ध के अशुद्ध के टाइप्स ने वो देखते अपना अपन क्वेश्चन आ सद्दा कि प्योर सबसटांस कि तरह के होंगे दो तरह के होंगे एलीमेंट एंड कंपाउंड हूँ आप देखते हैं कि एलीमेंट की चीज़ है ਐਲੀਮੈਂਟ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਤੱਤ ਠੀਕ ਹੈ ਆਪਾਂ ਅਵਰਤੀ ਸਾਰਣੀ ਪੜ੍ਹਦੇ ਆ ਨਾ 7th ਕਲਾਸ ਦੇ ਵਿੱਚ ਅਵਰਤੀ ਸਾਰਣੀ ਹੈ ਜਿਹਦੇ ਵਿੱਚ ਕੀ ਹੈ 118 ਤੱਤ ਨੇ ਉਹ ਸਾਰੇ ਤੱਤਾਂ ਨੂੰ ਆਪਾਂ ਕੀ ਕਹਿੰਦੇ ਆ ਐਲੀਮੈਂਟ ਜਿਹੜੇ ਆਪਦਾ ਆਪਦਾ ਕੱਲੇ ਕੱਲੇ ਇੰਡੀਪੈਂਡੈਂਟ ਐਗਜ਼ਿਸਟੈਂਸ ਹੈ ਕੱਲੇ ਕੱਲੇ ਐਗਜ਼ਿਸਟ ਕਰ ਰਹੇ ਹੈ 118 ਨੇ ਜਿਹੜੇ ਉਹਨੂੰ ਕਹਿੰਦੇ ਆਪਾਂ ਐਲੀਮੈਂਟ ਜਿਵੇਂ ਆਪਣੇ ਕੋਲੇ ਫੋਰ ਐਗਜ਼ਾਮਪਲ ਹਾਈਡਰੋਜਨ ਹੀਲੀਅਮ ਲਿਥੀਅਮ ਇਹ ਸਾਰੇ ਕੀਨੇ ਮੈਸੰਬਲ ਲਿਖਿਆ ਉਹਨਾਂ ਦੇ ਇਹ ਸਾਰੇ ਕੀਨੇ ਤੱਤ ਨੇ 엘ਿਮੈਂਟਸ ਹੁਣ ਆਪਾਂ ਦੇਖਦੇ ਹਾਂ ਕੰਪਾਊਂਡ ਕੀ ਚੀਜ਼ ਹੁੰਦੀ ਹੈ ਕੰਪਾਊਂਡ ਕੀ ਚੀਜ਼ ਹੈ ਜਿਹੜੀ ਤੱਤਾਂ ਤੋਂ ਮਿਲ ਕੇ ਬਣਦੀ ਹੈ ਉਹਨੂੰ ਕੀ ਕਹਿੰਦੇ ਆਪਾਂ ਕੰਪਾਊਂਡ ਜਿਵੇਂ ਕਿ ਆਪਾਂ ਕੀ ਕਰੀਏ H2O ਇਹ ਕੀ ਹੈ ਵਾਟਰ ਦਾ ਫਾਰਮੂਲਾ ਪਾਣੀ ਦਾ ਇਹ ਕੀ ਇੱਕ ਕੰਪਾਊਂਡ ਹੈ ਕਿਉਂਕਿ ਇਹ ਹਾਈਡਰੋਜਨ ਤੇ ਆਕਸੀਜਨ ਤੋਂ ਮਿਲ ਕੇ ਬਣਿਆ ਹੈ CO2 ਕਾਰਬਨ ਡਾਈਆਕਸਾਈਡ ਇਹ ਵੀ ਕੀ ਹੈ ਇੱਕ ਕੰਪਾਊਂਡ ਹੈ NH3 ਕੀ ਹੈ ਅਮੋਨੀਆ ਦਾ ਫਾਰਮੂਲਾ ਹੈ ਤੁਸੀਂ ਫਾਰਮੂਲੇ ਵੀ ਲਰਨ ਕਰ ਲੈਣੇ ਆ ਤਾਂ ਇਹ ਵੀ ਕੀ ਇੱਕ ਕੰਪਾਊਂਡ ਹੈ ਜਿਹੜਾ ਦੋ ਜਾਂ ਦੋ ਤੋਂ ਵੱਧ ਤੱਤਾਂ ਤੋਂ ਮਿਲ ਕੇ ਜਿਹੜੀ ਚੀਜ਼ ਬਣਦੀ ਹੈ ਉਹਨੂੰ ਆਪਾਂ ਕਹਿੰਦੇ ਆ ਕੰਪਾਊਂਡ ਹੁਣ ਆਪਾਂ ਦੇਖਦੇ ਆ ਜਿਹੜੀ ਐਲੀਮੈਂਟਸ ਨੇ ਉਹ ਵੀ ਅੱਗੇ ਤਿੰਨ ਤਰੀਕਿਆਂ ਦੇ ਹੁੰਦੇ ਨੇ ਇਹ ਕੁਐਸਚਨ ਆ ਸਕਦਾ ਕਿ ਐਲੀਮੈਂਟ ਕਿੰਨੀ ਤਰ੍ਹਾਂ ਦੇ ਹੁੰਦੇ ਆ ਤਿੰਨ ਤਰ੍ਹਾਂ ਦੇ ਹੁੰਦੇ ਆ ਮੈਟਲ ਨੋਨ ਮੈਟਲ ਮੈਟਲੋਇਡਸ ਹੁਣ ਮੈਟਲਸ ਕੀ ਚੀਜ਼ ਹੁੰਦੀਆਂ ਨੇ ਜਿਵੇਂ ਆਪਾਂ ਕਹਿੰਦੇ ਆ ਧੰਤਾਂ ਧੰਤਾਂ ਅਤੇ ਉਪਧੰਤਾਂ ਤੰਤਾਂ ਕੀ ਚੀਜ਼ ਹੁੰਦੀਆਂ ਨੇ ਦੇਖੋ ਤੰਤਾਂ ਦੀ ਆਪਾਂ ਸ਼ੂਟਿੰਗ ਵਾਸਤਾ ਤੋਂ ਲੈ ਕੇ ਬਹੁਤ ਸਾਰੀਆਂ ਪ੍ਰੋਪਰਟੀਆਂ ਪੜ੍ਹਦੇ ਹੁਣੀਆਂ ਆ ਉਹ ਚੀਜ਼ਾਂ ਜਿਨ੍ਹਾਂ ਨਾਲ ਆਪਾਂ ਕੁੱਟ ਕੇ ਚਾਦਰਾਂ ਬਣਾ ਸਕਦੇ ਆ ਉਹ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਕੀ ਧਾਰਾਂ ਬਣਾ ਸਕਦੇ ਆ ਜਿਨ੍ਹਾਂ ਦੀ ਆਪਾਂ ਠੀਕ ਹੈ ਜਿਨ੍ਹਾਂ ਦੇ ਵਿੱਚ ਚਮਕ ਹੁੰਦੀ ਹੈ ਜਿਹੜੀਆਂ ਆਵਾਜ਼ ਕਰਦੀਆਂ ਨੇ ਉਹ ਸਾਰੀਆਂ ਕੀ ਹੁੰਦੀਆਂ ਨੇ ਤੰਤਾਂ ਜਿਵੇਂ ਆਪਾਂ ਪੜ੍ਹਦੀਆਂ ਸੋਨਾ ਚਾਂਦੀ ਠੀਕ ਹੈ ਸਾਰੀਆਂ ਚੀਜ਼ਾਂ ਕੀ ਨੇ ਇਹ ਜਿਹੜੀ ਮੈਟਲ ਦੀਆਂ ਪ੍ਰੋਪਰਟੀਆਂ ਨੇ ਆਪਾਂ ਮੈਟਲ ਨੋਨ ਮੈਟਲ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ ਇੱਥੇ ਆਪਾਂ ਦੇਖਦੇ ਆ ਕਿ ਮੈਟਲਸ ਕੀ ਹੁੰਦੇ ਨੇ ਤੰਤਾਂ ਨਾਨ ਮੈਟਲਸ ਅਤੰਤਾਂ ਜਿਵੇਂ ਕਿ ਗਰੇਫਾਈਟ ਵਗੈਰਾ ਜਿਨ੍ਹਾਂ ਨੂੰ ਆਪਾਂ ਕੁੱਟ ਕੇ ਚਾਦਰਾਂ ਨਹੀਂ ਬਣਾ ਸਕਦੇ ਤਾਰਾਂ ਨਹੀਂ ਬਣਾ ਸਕਦੇ ਉਹ ਕੀ ਹੁੰਦੀਆਂ ਨੇ ਨਾਨ ਮੈਟਲਸ ਇੱਕ ਹੁੰਦੀਆਂ ਨੇ ਮੈਟਲੌਇਡਸ ਮੈਟਲੌਇਡਸ ਕਿਹੜੀਆਂ ਹੁੰਦੀਆਂ ਨੇ ਜਿਹੜੇ ਇਹਨਾਂ ਦੀਆਂ ਮਿਸ਼ਰਣ ਹੁੰਦੀਆਂ ਨੇ ਧਾਤਾਂ ਤੇ ਅਧਾਤਾਂ ਤੋਂ ਜਿਹੜੀ ਚੀਜ਼ ਮਿਲ ਕੇ ਬਣਦੀ ਆ ਉਹਨੂੰ ਕਹਿੰਦੇ ਆਪਾਂ ਮੈਟਲੌਇਡਸ ਠੀਕ ਹੈ ਆਪਾਂ ਤਿੰਨੇ ਤਰ੍ਹਾਂ ਦੀਆਂ ਜਿਹੜੀਆਂ ਆ ਪਾਵਰਤੀ ਸਰਨ ਦੇ ਵਿੱਚ ਪੜਦੇ ਆਂ ਨੈਕਸਟ ਆਗੇ ਆਪਣੇ ਕੋਲੇ ਮਿਕਸਚਰਸ ਇਹ ਕਿਹ ਦੋ ਤਰ੍ਹਾਂ ਦੇ ਹੁੰਦੇ ਆ ਹੋਮੋਜੀਨੀਅਸ ਤੇ ਹੈਟਰੋਜੀਨੀਅਸ ਹੁਣ ਆਪਾਂ ਹੋਮੋਜੀਨਸ ਸੋਲੂਸ਼ਨ ਤੇ ਹੈਟਰੋਜੀਨਸ ਸੋਲੂਸ਼ਨ ਦੇ ਵਿੱਚ ਦੇਖਾਂਗੇ ਕਿ ਹੋਮੋਜੀਨਸ ਦਾ ਕੀ ਮਤਲਬ ਹੁੰਦਾ ਹੈ ਹੈਟਰੋਜੀਨਸ ਦਾ ਕੀ ਮਤਲਬ ਹੁੰਦਾ ਹੈ ਠੀਕ ਹੈ ਇੱਥੇ ਤੁਸੀਂ ਯਾਦ ਰੱਖਣਾ ਕਿ ਐਲੀਮੈਂਟ ਤਿੰਨ ਤਰ੍ਹਾਂ ਦੇ ਹੁੰਦੇ ਆ ਮੈਟਲਸ ਨਾਨ ਮੈਟਲਸ ਮੈਟਲੋਇਡਸ ਤੇ ਆਪਣੇ ਕੋਲੇ ਮਿਕਸਚਰ ਨੇ ਜਿਹੜੇ ਉਹ ਦੋ ਤਰ੍ਹਾਂ ਦੇ ਹੁੰਦੇ ਆ ਹੋਮੋਜੀਨਸ ਐਂਡ ਹੈਟਰੋਜੀਨਸ ਨੈਕਸਟ ਆਪਾਂ ਦੇਖਦੇ ਆ ਕਿ ਮਿਕਸਚਰ ਨੇ ਜਿਹੜੇ ਹੋਮੋਜੀਨਸ ਤੇ ਹੈਟਰੋਜੀਨਸ ਕਿਵੇਂ ਹੁੰਦੇ ਆ ਸਭ ਤੋਂ ਪਹਿਲਾਂ ਦੇਖਦੇ ਆ ਕਿ ਮਿਕਸਚਰ ਕੀ ਚੀਜ਼ ਹੁੰਦੀ ਹੈ ਮਿਕਸਚਰ ਕੋਈ ਵੀ ਕੈਮੀਕਲ ਸਬਸਟੈਂਸ ਹੈ ਕੋਈ ਵੀ ਚੀਜ਼ ਜਿਹੜੀ ਦੋ ਜਾਂ ਦੋ ਤੋਂ ਵੱਧ ਐਲੀਮੈਂਟਸ ਜਾਂ ਫਿਰ ਕੰਪਾਊਂਡ ਤੋਂ ਮਿਲ ਕੇ ਬਣਦੀ ਆ ਠੀਕ ਹੈ ਭਾਵੇਂ ਤਾਂ ਆਪਾਂ ਕਿ ਇੱਕ ਅਲੱਗ-ਅਲੱਗ ਐਲੀਮੈਂਟ ਲੈ ਲਈਏ ਉਹਦੇ ਵਿੱਚ ਚਾਹੇ ਆਪਾਂ ਕੰਪਾਊਂਡਸ ਲੈ ਲਈਏ ਉਹਨਾਂ ਤੋਂ ਮਿਲ ਕੇ ਜਿਹੜੀ ਚੀਜ਼ ਬਣਦੀ ਹੈ ਉਹਨੂੰ ਆਪਾਂ ਕਹਿੰਦੇ ਆ ਮਿਕਸਚਰ ਕਲੀਅਰ ਦੇਖੋ ਮਿਕਸਚਰ ਦੀ ਡੈਫੀਨੇਸ਼ਨ ਕੀ ਆ ਆ ਮਿਕਸਚਰ ਇਜ਼ ਕੈਮੀਕਲ ਸਬਸਟੈਂਸ ਵਿਚ ਕੰਸਿਸਟ ਆਫ ਟੂ অর ਮੋਰ ਐਲੀਮੈਂਟਸ অর ਕੰਪਾਊਂਡ ਨਾਟ ਕੈਮੀਕਲੀ ਕੰਬਾਈਨ ਟੂਗੇਦਰ ਮਿਕਸਚਰ ਕੀ ਹੈ ਕਿ ਕੈਮੀਕਲੀ ਕੰਬਾਈਨ ਕੀਤੇ ਆਪਾਂ ਨੇ ਦੋਨਾਂ ਨੂੰ ਮਿਕਸ ਕਰਤਾ ਉਹਨੂੰ ਕਹਿੰਦੇ ਆਪਾਂ ਮਿਕਸਚਰ ਠੀਕ ਹੈ ਜਿਵੇਂ ਆਪਣੇ ਕੋਲੇ 에ਅਰ ਕੀ ਇੱਕ ਮਿਕਸਚਰ ਹੈ ਕਿੰਨੀਆਂ ਸਾਰੀਆਂ ਗੈਂਸਾਂ 에ਅਰ ਦੇ ਵਿੱਚ ਜਿਵੇਂ ਆਕਸੀਜਨ ਨਾਈਟ੍ਰੋਜਨ ਆਰਗਨ ਕਾਰਬਨ ਡਾਈਆਕਸਾਈਡ ਵਾਟਰ ਵੇਪਰਸ ਇਹ ਸਾਰੇ ਕੀ 에ਅਰ ਦੇ ਵਿੱਚ ਮਿਲੇ ਹੋਏ ਆ ਇਹ ਕੀ ਨੇ ਮਿਕਸਚਰ ਹੈ 에ਅਰ ਕੀ ਇੱਕ ਮਿਕਸਚਰ ਹੈ ਜਿਹੜਾ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੁੰਦਾ ਹੋਮੋਜੀਨੀਅਸ ਸੈਕਿੰਡ ਹੈਟਰੋਜੀਨੀਅਸ ਠੀਕ ਹੈ ਹੋਮੋਜੀਨਸ ਇਕਸਮਾਨ ਜਿਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਆਪਾਂ ਮਿਕਸ ਕਰਾਂਗੇ ਉਹ ਸਾਰੀਆਂ ਇੱਕੋ ਜੀਆਂ ਨੇ ਜਾਂ ਫਿਰ ਜਦੋਂ ਆਪਾਂ ਉਹਦਾ ਮਿਕਸਚਰ ਬਣਾਉਣੀ ਆ ਉਹ ਬਿਲਕੁਲ ਕਲੀਅਰ ਮਿਕਸਚਰ ਬਣਦਾ ਇੱਕ ਚੀਜ਼ ਦੇ ਵਿੱਚ ਦੂਸਰੀ ਚੀਜ਼ ਆਪਾਂ ਘੋਲ ਲਈਏ ਤਾਂ ਆਪਾਂ ਨੂੰ ਦਿਖਾਈ ਨਹੀਂ ਦਿੰਦੀ ਫੋਰ ਐਗਜ਼ਾਮਪਲ ਕਿ ਆਪਾਂ ਪਾਣੀ ਲੈ ਲਈਏ ਉਹਦੇ ਵਿੱਚ ਆਪਾਂ ਖੰਡ ਚੀਨੀ ਘੋਲ ਲਈਏ ਉਹ ਬਿਲਕੁਲ ਵਿੱਚ ਘੁਲ ਜੂਗੀ ਆਪਾਂ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਨਾ ਕਿ ਕਿਹੜਾ ਪਾਣੀ ਆ ਕਿੱਥੇ ਖੰਡ ਹੈਗੀ ਠੀਕ ਹੈ ਇਹਦਾ ਮਤਲਬ ਜਿਹੜਾ ਮਿਕਸਚਰ ਬਣੂਗਾ ਉਹ ਕੀ ਹੈ ਹੋਮੋਜੀਨਸ ਬਿਲਕੁਲ ਘੁਲ ਗਿਆ ਜਿਹੜਾ ਠੀਕ ਹੈ ਸੈਕਿੰਡ ਹੈਗਾ ਆਪਣੇ ਕੋਲੇ ਹੈਟਰੋਜੀਨियस ਹੈਟਰੋਜੀਨियस ਕੀ ਹੈ ਜਿਹੜਾ ਕਿ ਇਹ ਬਿਲਕੁਲ ਯੂਨੀਫਾਰਮ ਕੰਪੋਜੀਸ਼ਨ ਨਹੀਂ ਹੈਗੀ ਮਤਲਬ ਕਿ ਬਿਲਕੁਲ ਮਿਕਸ ਨਹੀਂ ਹੋਇਆ ਵਿੱਚ ਥੋੜਾ ਮੋਟਾ ਰਹਿ ਗਿਆ ਠੀਕ ਹੈ ਜ ਜੇ ਆਪਾਂ ਨੂੰ ਦੇਖ ਸਕਦੇ ਆ ਜਿਸ ਤਰ੍ਹਾਂ ਨਾਲ ਆਪਾਂ ਪਾਣੀ ਦੇ ਵਿੱਚ ਔਇਲ ਪਾ ਦਈਏ ਤਾਂ ਆਪਾਂ ਨੂੰ ਪਤਾ ਕਿ ਵਾਟਰ ਦੇ ਵਿੱਚ ਔਇਲ ਹੈ ਜਿਹੜਾ ਉਹ ਕੀ ਤੇਲ ਘੁਲਦਾ ਨਹੀਂ ਹੈਗਾ ਪਾਣੀ ਦੇ ਵਿੱਚ ਉਹ ਕੀ ਹੋ ਗਿਆ ਹੈਟਰੋਜੀਨियस ਮਿਕਸਚਰ ਹੋ ਗਿਆ ਜਾਂ ਫਿਰ ਆਪਾਂ ਕੀ ਕਰੀਏ ਪਾਣੀ ਦੇ ਵਿੱਚ ਮਿੱਟੀ ਪਾ ਦਈਏ ਆਪਾਂ ਨੂੰ ਪਤਾ ਹੈ ਕਿ ਮਿੱਟੀ ਹੈ ਜਿਹੜੀ ਥੋੜੇ ਟਾਈਮ ਲਈ ਘੁਲ ਜੂਗੀ ਪਰ ਥੋੜੇ ਟਾਈਮ ਬਾਅਦ ਕੀ ਹੋਊਗਾ ਉਹ ਨੀਚੇ ਬੈਠ ਜਾਂਦੀ ਹੈ ਹੈਟਰੋਜੀਨियस ਮਿਕਸਚਰ ਜਿਹੜਾ ਕੀ ਹੈ ਪ੍ਰੋਪਰ ਘੁਲਦਾ ਨਹੀਂ ਹੈਗਾ। ਕਲੀਰਾ ਜੀ ਨੈਕਸਟ ਦੇਖੋ ਆਪਣੇ ਕੋਲੇ ਸੋਲੂਸ਼ਨ ਕੀ ਚੀਜ਼ ਹੁੰਦੀ ਹੈ। ਹੁਣ ਸੋਲੂਸ਼ਨ ਦਾ ਜਿਹੜਾ ਕਿ ਜਦੋਂ ਆਪਾਂ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਨੂੰ ਠੀਕ ਹੈ ਆਪਸ ਦੇ ਵਿੱਚ ਘੋਲ ਦਿੰਨੇ ਆ ਜਿਹੜੀਆਂ ਕਿ ਰਿਐਕਟ ਨਹੀਂ ਕਰਦੀਆਂ ਆਪਸ ਦੇ ਵਿੱਚ ਸਿਰਫ ਉਹਨਾਂ ਨੂੰ ਘੋਲਦੇ ਆਪਾਂ ਉਹਨੂੰ ਕੀ ਕਹਿੰਦੇ ਆਪਾਂ ਸੋਲੂਸ਼ਨ ਜਿਵੇਂ ਕਿ ਆਪਾਂ ਪਾਣੀ ਦੇ ਵਿੱਚ ਚੀਨੀ ਘੋਲੀ ਸੀ ਉਹ ਕੀ ਸਿੱਕ ਸੋਲੂਸ਼ਨ। ਇਦਾਂ ਮਤਲਬ ਹੈ ਜਿਹੜਾ ਸੋਲੂਸ਼ਨ ਹੈ ਉਹ ਦੋ ਚੀਜ਼ਾਂ ਤੋਂ ਮਿਲ ਕੇ ਬਣਦਾ ਹੈ। ਮਤਲਬ ਕਿ ਇਹਦੇ ਵਿੱਚ ਦੋ ਚੀਜ਼ਾਂ ਤਾਂ ਹੋਣੀਆਂ ਚਾਹੀਦੀਆਂ ਨੇ ਉਦੋਂ ਜ਼ਿਆਦਾ ਵੀ ਹੋ ਸਕਦੀਆਂ ਨੇ ਇੱਕ ਤਾਂ ਹੁੰਦਾ ਆਪਣੇ ਕੋਲੇ ਸੋਲਵੈਂਟ ਠੀਕ ਹੈ ਇੱਕ ਤਾਂ ਹੁੰਦਾ ਸੋਲਵੈਂਟ ਇੱਕ ਹੁੰਦਾ ਆਪਣੇ ਕੋਲੇ ਸਲੀਊਟ ਠੀਕ ਹੈ ਜੀ ਸੋਲਵੈਂਟ ਕੀ ਚੀਜ਼ ਹੈ ਸੋਲਵੈਂਟ ਹਮੇਸ਼ਾ ਇੱਕ ਹੁੰਦਾ ਹੈ ਸਲੀਊਟ ਨੇ ਜਿਹੜੇ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਆ ਸੋਲਵੈਂਟ ਕਿਹੜੀ ਚੀਜ਼ ਆ ਜਿਹਦੇ ਵਿੱਚ ਆਪਾਂ ਕੋਈ ਚੀਜ਼ ਘੋਲਦੇ ਆ ਜਿਹੜੀ ਚੀਜ਼ ਆਪਾਂ ਪਹਿਲਾਂ ਲੈਨੇ ਆ ਜਿਵੇਂ ਕਿ ਪਾਣੀ ਜੇ ਕੋਪਾ ਪਾਣੀ ਲਿਆ ਉਹਦੇ ਵਿੱਚ ਆਪਾਂ ਨੇ ਖੰਡ ਘੋਲੀ ਤਾਂ ਪਾਣੀ ਕੀ ਸੀਗਾ ਸੋਲਵੈਂਟ ਠੀਕ ਹੈ ਤੇ ਖੰਡ ਕੀ ਸੀ ਸੋਲਿਊਟ ਇਹਨੂੰ ਤੁਸੀਂ ਯਾਦ ਕਿਵੇਂ ਰੱਖੋਗੇ ਕਿ ਸੋਲਵੈਂਟ ਕਿਹੜੀ ਚੀਜ਼ ਸੀ ਸੋਲਿਊਟ ਕਿਹੜੀ ਚੀਜ਼ ਸੀ ਤਾਂ ਜਿਹੜੀ ਚੀਜ਼ ਆਪਾਂ ਜ਼ਿਆਦਾ ਮਾਤਰਾ ਦੇ ਵਿੱਚ ਲੈਨੇ ਆ ਤਾਂ ਉਹਨੂੰ ਕਹਿੰਦੇ ਆਪਾਂ ਸੋਲਵੈਂਟ ਜਿਹੜੀ ਚੀਜ਼ ਆਪਾਂ ਘੱਟ ਮਾਤਰਾ ਦੇ ਵਿੱਚ ਲੈਨੇ ਆ ਉਹਨੂੰ ਕਹਿੰਦੇ ਆ ਸੋਲਿਊਟ ਜ਼ਿਆਦਾ ਮਾਤਰਾ ਦੇ ਵਿੱਚ ਸੋਲਵੈਂਟ ਤੁਸੀਂ ਯਾਦ ਰੱਖਣਾ ਕਿ ਜਿਹਦੀ ਸਪੈਲਿੰਗ ਜ਼ਿਆਦੇ ਨੇ ਤੇ ਜਿਹੜਾ ਜ਼ਿਆਦਾ ਮਾਤਰਾ ਦੇ ਵਿੱਚ ਆਹੀ ਜਿਹਦੀ ਸਪੈਲਿੰਗ ਘਟ ਹੈ ਉਹ ਘਟ ਮਾਤਰਾ ਦੇ ਵਿੱਚ ਇਸ ਟਿੱਕ ਨਾਲ ਤੁਸੀਂ ਯਾਦ ਕਰ ਸਕਦੇ ਹੋ ਤਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਸੋਲੂਸ਼ਨ ਆ ਉਹ ਦੋ ਚੀਜ਼ਾਂ ਤੋਂ ਮਿਲ ਕੇ ਬਣਦਾ ਹੈ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਤੋਂ ਕੋਲੋ ਠੀਕ ਹੈ ਬਾਈਨਰੀ ਸੋਲੂਸ਼ਨ ਆ ਜਿਹੜਾ ਜਿਹਦੇ ਵਿੱਚ ਦੋ ਚੀਜ਼ਾਂ ਹੋਣਗੀਆਂ ਇੱਕ ਸੋਲਵੈਂਟ ਇੱਕ ਸਲਿਊਟ ਤਾਂ ਜਿਹੜੀ ਜ਼ਿਆਦਾ ਮਾਤਰਾ ਦੇ ਵਿੱਚ ਚੀਜ਼ ਹੋ ਐਕਸੈਸ ਚ ਉਹ ਸੋਲਵੈਂਟ ਹੁੰਦਾ ਜਿਹੜੀ ਘੱਟ ਚ ਹੋਊਗੀ ਉਹ ਸਲਿਊਟ ਹੁੰਦਾ ਠੀਕ ਹੈ ਜੀ ਦੇਖੋ ਫਾਰ ਇਗਜ਼ਾਮਪਲ ਆਪਾਂ ਦੇਖਿਆ ਵੀ ਸਲੀਊਟ ਤੇ ਸੋਲਵੈਂਟ ਲੈਨੇ ਆਪਾਂ ਨੇ ਤਾਂ ਕੀ ਬਣਿਆ ਉਹਨਾਂ ਤੋਂ ਜਿਵੇਂ ਆਪਾਂ ਘੋਲ ਲਿਆ ਕੋਈ ਗੈਸ ਲੈ ਲਈ ਸਲੀਊਟ ਦੇ ਵਿੱਚ ਤੇ ਸੋਲਵੈਂਟ ਵੀ ਕੋਈ ਗੈਸ ਹੈ ਦੋਨੇ ਚੀਜ਼ਾਂ ਗੈਸ ਗੈਸ ਘੁਲੀਆਂ ਹੋਈਆਂ ਨੇ ਆਪਸ ਦੇ ਵਿੱਚ ਤਾਂ ਆਪਾਂ ਨੂੰ ਪਤਾ ਕਿ ਗੈਸਾਂ ਦਾ ਮਿਸ਼ਰਣ ਬਣ ਜੂਗਾ ਇੱਕ ਕਿਉਂਕਿ ਦੋਨੇ ਚੀਜ਼ਾਂ ਗੈਸਾਂ ਨੇਗੀਆਂ ਸੈਕੰਡ ਆਪਣੇ ਕੋਲੇ ਹੈਗਾ ਗੈਸ ਤੇ ਲਿਕਵਿਡ ਆਪਾਂ ਦੇਖਦੇ ਆ ਗੈਸ ਤੇ ਲਿਕਵਿਡ ਤਾਂ ਆਪਣੇ ਕੋਲੇ ਕੀ ਬਣ ਜੂਗਾ ਡਰਿੰਕਸ ਆਪਾਂ ਨੂੰ ਪਤਾ ਹੈ ਕਿ ਡਰਿੰਕਸ ਹੁੰਦੀਆਂ ਨੇ ਜਿਹੜੀਆਂ ਆਪਾਂ ਪੀਂਨੇ ਆਂਗੇ ਕੋਈ ਵੀ ਠੀਕ ਹੈ ਜਿਵੇਂ ਕੋਲਡ ਡਰਿੰਕ ਪੀਂਨੇ ਆਪਾਂ ਜਿਹੜੀ ਵੀ ਉਹਦੇ ਵਿੱਚ ਕੀ ਹੁੰਦੀ ਹੈ ਗੈਸ ਪਾਈ ਹੁੰਦੀ ਹੈ CO2 ਤਾਂ ਉਹ ਕੀ ਹੋ ਗਿਆ ਲਿਕਵਿਡ ਦੇ ਵਿੱਚ ਆਪਾਂ ਨੇ ਗੈਸ ਪਾਈ ਹੋਈ ਹੈ ਉਹਨੂੰ ਕਹਿੰਦੇ ਆਪਾਂ ਵੀ ਐਰੀਏਟਡ ਡਰਿੰਕਸ ਨੈਕਸਟ ਆਪਣੇ ਕੋਲ ਹੈਗਾ ਕਿ ਆਪਾਂ ਸੋਲਿਡ ਦੇ ਵਿੱਚ ਗੈਸ ਪਾ ਦਈਏ ਕੋਈ ਸੋਲਿਡ ਚੀਜ਼ ਸੀ ਜਿਵੇਂ ਕੋਈ ਮੈਟਲ ਆ ਉਹਦੇ ਉੱਪਰ ਆਪਾਂ ਨੇ ਗੈਸ ਦੀ ਪਰਤ ਬਿਸ਼ਾਤੀ ਠੀਕ ਹੈ ਗੈਸ ਨੂੰ ਡਿਸੋਲਵ ਕਰਤਾ ਕਿਸੇ ਮਿਨਰਲ ਦੇ ਵਿੱਚ ਉਹਨੂੰ ਕੀ ਕਹਿੰਦੇ ਆਪਾਂ ਸੋਲਿਡ ਦੇ ਵਿੱਚ ਕੀ ਪਾਇਆ ਆਪਾਂ ਨੇ ਗੈਸ ਪਾਇਆ ਨੈਕਸਟ ਹੈ ਗਿਆ ਗੈਸ ਦੇ ਵਿੱਚ ਆਪਾਂ ਲਿਕਵਿਡ ਪਾ ਦਈਏ ਜਿਵੇਂ ਕਿ ਆਪਣੇ ਆਲ ਵਾਲੀ ਕੀ ਹੈ ਹਵਾ ਉਹਦੇ ਵਿੱਚ ਕੀ ਪਾਣੀ ਮਿਕਸ ਹੋ ਜੇ ਪਾਣੀ ਦੀ ਜਿਹੜੀ ਮਾਤਰਾ ਮਿਕਸ ਹੋ ਜੇ ਆਪਾਂ ਕਹਿੰਦੇ ਹਾਂ ਕਿ ਹਿਮੀਡੀਟੀ ਆ ਗਈ ਹੈ ਆਰ ਦੇ ਵਿੱਚ ਵੀ 에ਅਰ ਕੀ ਹੈ ਠੰਡੀ ਹੈ ਪਾਣੀ ਵਾਲੀ ਹਵਾ ਠੀਕ ਹੈ ਤਾਂ ਆਪਾਂ ਕੀ ਕਹਾਂਗੇ ਕਿ ਆਪਾਂ ਨੇ ਗੈਸ ਦੇ ਵਿੱਚ ਕੀ ਪਾਇਆ ਲਿਕਵਿਡ ਪਾਇਆ ਨੈਕਸਟ ਆਪਣੇ ਕੋਲ ਹੈਗਾ ਕਿ ਆਪਾਂ ਲਿਕਵਿਡ ਦੇ ਵਿੱਚ ਲਿਕਵਿਡ ਐਡ ਕਰ ਦਈਏ ਜਿਵੇਂ ਆਪਾਂ ਦੋ ਚੀਜ਼ਾਂ ਲੈ ਲਈਆਂ ਪਾਣੀ ਲੈ ਲਿਆ ਤੇਲ ਲੈ ਲਿਆ ਤਾਂ ਤੇਲ ਵੀ ਲਿਕਵਿਡ ਹੈ ਪਾਣੀ ਵੀ दोनों चीज़ों में मिक्स करता अपने तो बन गया अपने को सल्यूशन बन गया मिजिबल मतलब कि जड़ी चीज़ आपस घुलल जाती है इमिजिबल होंद् जी चीज़ आपस के नहीं घुलती जे पाया हूं आई एमिजिबल तो ना मतलब जड़ी चीज़ नहीं घुलती होगा इमजिबल होगी क्लीयर नैक्सट देखो कि आपने की लिक सोलिड अपने ने एड करता ਕਿਸੇ ਸੋਲਿਡ ਚੀਜ਼ ਦੇ ਵਿੱਚ ਲਿਕਵਿਡ ਐਡ ਕਰਤਾ ਜਿਵੇਂ ਆਪਾਂ ਸਾਲਟ ਦੇ ਵਿੱਚ ਪਾਣੀ ਪਾ ਦਈਏ ਠੀਕ ਹੈ ਜਿਵੇਂ ਆਪਾਂ ਕੀ ਕਰਦੇ ਆ ਆਟੇ ਦੇ ਵਿੱਚ ਪਾਣੀ ਪਾ ਦਿੰਦੇ ਆ ਤਾਂ ਸੋਲਿਡ ਚੀਜ਼ ਸੀਗੀ ਉਹਦੇ ਵਿੱਚ ਆਪਣੇ ਕੀ ਪਾਤਾ ਪਾਣੀ ਪਾਤਾ ਲਿਕਵਿਡ ਪਾਤਾ ਨੈਕਸਟ ਹੈਗਾ ਆਪਣੇ ਕੋਲੇ ਗੈਸ ਦੇ ਵਿੱਚ ਸੋਲਿਡ ਚੀਜ਼ ਜਿਵੇਂ ਆਇਓਡੀਨ ਪੇਪਰ ਇਨ 에ਅਰ ਗੈਸ ਦੇ ਵਿੱਚ ਆਪਾਂ ਨੇ ਕੋਈ ਚੀਜ਼ ਛੱਡਤੀ ਸੋਲਿਡ ਨੈਕਸਟ ਹੈਗਾ ਲਿਕਵਿਡ ਦੇ ਵਿੱਚ ਆਪਾਂ ਨੇ ਸੋਲਿਡ ਐਡ ਕਰਤਾ ਤਾ ਲਿਕਵਿਡ ਕੀ ਚੀਜ਼ ਸੀ ਜਿਵੇਂ ਵਾਟਰ ਉਹਦੇ ਵਿੱਚ ਆਪਾਂ ਨਮਕ ਘੋਲ ਦਈਏ ਸਾਲਟ ਘੋਲ ਦਈ ਤਾਂ ਵੀ ਕੀ ਹੋ ਜਾਊਗਾ ਇੱਕ ਸੋਲਿਊਸ਼ਨ ਬਣ ਜਾਊਗਾ ਸੋਲਿਡ ਦੇ ਵਿੱਚ ਸੋਲਿਡ ਜਿਵੇਂ ਆਪਾਂ ਉਪਰ ਤਾਂ ਤਾਂ ਨਹੀਂ ਗੱਲ ਕੀਤੀ ਸੀ ਕਿ ਮੈਟਲਸ ਨਾਨ ਮੈਟਲਸ ਨੂੰ ਮਿਲਾ ਕੇ ਆਪਾਂ ਨਹੀਂ ਚੀਜ਼ ਬਣਾਤੀ ਉਹ ਕੀ ਹੋਊਗਾ ਆਪਣੇ ਕੋਲੇ ਸੋਲਿਡ ਇਨ ਸੋਲਿਡ ਇਹ ਸਾਰੀਆਂ ਚੀਜ਼ਾਂ ਤੁਸੀਂ ਨੇ ਯਾਦ ਕਰ ਲੈਣੀਆਂ ਨੇ ਠੀਕ ਹੈ ਵੀ ਸੋਲਿਡ ਦੇ ਵਿੱਚ ਸੋਲਿਡ ਪਾਵਾਂਗੇ ਤਾਂ ਕੀ ਬਣੂਗਾ ਲਿਕਵਿਡ ਪਾਵਾਂਗੇ ਤਾਂ ਕੀ ਬਣੂਗਾ ਹੁਣ ਆਪਣੇ ਕੋਲੇ ਜਿਹੜੇ ਸੋਲਿਊਸ਼ਨ ਨੇ ਉਹਨੂੰ ਆਪਾਂ ਤਿੰਨ ਤਰ੍ਹਾਂ ਨਾਲ ਡਿਵਾਈਡ ਕਰਦੇ ਹਾਂ ਠੀਕ ਹੈ ਸਭ ਤੋਂ ਪਹਿਲਾਂ ਆਪਣੇ ਕੋਲੇ ਹੁੰਦਾ ਟ੍ਰਿਊ ਸੋਲੂਸ਼ਨ ਫਿਰ ਆਪਣੇ ਕੋਲੇ ਕੋਲਾਈਡਲ ਫਿਰ ਸਸਪੈਂਸ਼ਨ ਠੀਕ ਹੈ ਇਹ ਸੋਲੂਸ਼ਨ ਦੀਆਂ 3 ਟਾਈਪਸ ਨੇ ਆਪਣੇ ਕੋਲ ਤਾਂ ਇਹਨੂੰ ਆਪਾਂ ਪਾਰਟੀਕਲ ਦੇ ਸਾਈਜ਼ ਦੇ ਤੌਰ ਤੇ ਦੇਖਾਂਗੇ ਸਭ ਤੋਂ ਪਹਿਲਾਂ ਤਾਂ ਬਹੁਤ ਸਾਰੇ ਟਾਈਪ ਨਾਲ ਡਿਫਰੈਂਸ਼ੀਏਟ ਕਰ ਸਕਦੇ ਆਪਾਂ ਇਹਨੂੰ ਪਰ ਆਪਾਂ ਸਾਈਜ਼ ਦੇ ਤੌਰ ਤੇ ਇਹਨੂੰ ਯਾਦ ਕਰਾਂਗੇ ਕਿਉਂਕਿ ਇਹ ਐਮਸੀਕਿਊ ਬਣ ਸਕਦਾ ਹੈ ਟ੍ਰਿਊ ਸੋਲੂਸ਼ਨ ਦੀ ਬੰਤਰ ਦੇਖੋ ਕਿ ਕਿਸ ਤਰ੍ਹਾਂ ਦੇ ਨੇ ਬਹੁਤ ਛੋਟੇ ਪਾਰਟੀਕਲ ਬਹੁਤ ਛੋਟੇ ਸਾਈਜ਼ ਦੇ ਵਿੱਚ ਹੋਣਗੇ ਜਿਹੜੇ ਜਿੰਨਾਂ ਦਾ ਸਾਈਜ਼ ਕਿ ਹੋਗਾ 1 ਐਮਐਮ 1 mm ਤੋਂ ਵੀ ਘੱਟ ਹੋਊਗਾ less than 1 mm ਉਹਨਾਂ ਨੂੰ ਆਪਾਂ ਕੀ ਕਹਾਂਗੇ ਟ੍ਰਿਲੀਅਲ ਸলিউਸ਼ਨ ਸੈਕੰਡ ਹੈਗਾ ਆਪਣੇ ਕੋਲੇ ਕੋਲਾਈਡਲ ਕੋਲਾਈਡਲ ਦੇ ਵਿੱਚ ਕੀ ਹੈ ਇੱਕ ਤੋਂ ਲੈ ਕੇ 100 ਤੱਕ ਜਿਨ੍ਹਾਂ ਦਾ ਸਾਈਜ਼ ਹੈ ਉਹਨਾਂ ਨੂੰ ਆਪਾਂ ਕਹਾਂਗੇ ਕੋਲਾਈਡਲ ਨੈਕਸਟ ਹੈਗੇ ਨੇ ਆਪਣੇ ਕੋਲੇ ਸਸਪੈਂਸ਼ਨਸ ਸਸਪੈਂਸ਼ਨ ਕੀ ਨੇ ਜਿਨ੍ਹਾਂ ਦਾ ਕੀ ਹੈ 100 mm ਤੋਂ ਜ਼ਿਆਦਾ ਸਾਈਜ਼ ਹੈ ਉਹ ਤੋਂ ਵੱਡਾ ਆਪਾਂ ਨੂੰ ਸਾਈਜ਼ ਦੇਖ ਕੇ ਪਤਾ ਲੱਗ ਰਿਹਾ ਕਿ ਟ੍ਰਿਊ ਕੋਲਾਈਡਲ ਤੇ ਸਸਪੈਂਸ਼ਨ ਦਾ ਸਾਈਜ਼ ਦਾ ਫਰਕ ਹੈ ਠੀਕ ਹੈ ਇਹਨਾਂ ਦੇ ਅੱਗੇ ਆਪਾਂ ਡਿਫਰੈਂਸ ਵਾਲੇ ਪੁਆਇੰਟ ਨੋਟ ਕਰਦੀਆਂ ਜਿਨ੍ਹਾਂ ਦੇ ਵਿੱਚੋਂ ਕਿ ਆਪਾਂ ਨੂੰ ਐਮਸੀਕਿਊ ਆ ਸਕਦਾ ਹੈ ਇਹਨਾਂ ਦੇ ਪ੍ਰੋਪਰਟੀਆਂ ਦੇ ਬੀਸਤੇ ਸਭ ਤੋਂ ਪਹਿਲਾਂ ਹੈਗਾ ਪਾਰਟੀਕਲ ਸਾਈਜ਼ ਦੇ ਬੀਸਤੇ ਦੇਖੋ ਸਾਈਜ਼ ਦੇ ਬੀਸਤੇ ਤਾਂ ਆਪਾਂ ਦੇਖ ਹੀ ਚੁੱਕਿਆ ਕਿ ਜਿਹੜੇ ਟ੍ਰਿਊ ਨੇਗੇ ਕਿ ਇਹ ਹੋਮੋਜੀਨियस ਮਿਕਸਚਰ ਹੈ ਮਤਲਬ ਕਿ ਬਿਲਕੁਲ ਕੋਲ ਜਾਂਦੇ ਨੇ ਆਪਾਂ ਨੂੰ ਪਾਰਟੀਕਲ ਦਿਖਾਈ ਨਹੀਂ ਦਿੰਦੇ ਕੋਲਾਈਡਲ ਕੀ ਨੇ ਹੈਟਰੋਜੀਨियस ਮਿਕਸਚਰ ਹੈ ਵੀ ਆਪਾਂ ਨੂੰ ਥੋੜੇ-ਥੋੜੇ ਪਾਰਟੀਕਲਸ ਨੇ ਜਿਹੜੇ ਦਿਖਾਈ ਦੇਣਗੇ ਸਸਪੈਂਸ਼ਨ ਕੀ ਹੈ ਬਹੁਤ ਵੱਡੇ ਸਾਈਜ਼ ਦੇ ਹੈ आपा साइज देखिए तो अपना मतलब ये कि अपा दिखाई देक्सट हैगा विजिबिलिटी ये आप देख ही चुके कि सल्यूट पार्टीकल ने जेडे विजिबल टू द नेकड आई ठीक है कि आपू सल्यूट पार्टिकल दिखाई दे नेकडाई मतलब कि सिंपल अखा देख सकते हैं द सल्यूट पार्टल इज इनविजीबल टू द नेकडाई मतलब कि बिल्कुल भी दिखाई नहीं देने के ठीक है विजिबल बाय बोथ ਅਪਾ ਆਇਸ ਦੇ ਨਾਲ ਵੀ ਦੇਖ ਸਕਦੇ ਆ ਤੇ ਆਪਾਂ ਨੂੰ ਪਤਾ ਹੈ ਕਿ ਆਪਾਂ ਕੋਈ ਇਨਸਟਰੂਮੈਂਟ ਯੂਜ਼ ਕਰਦੇ ਆ ਜਿਵੇਂ ਮਾਈਕਰੋਸਕੋਪ ਉਹਦੇ ਨਾਲ ਵੀ ਆਪਾਂ ਦੇਖ ਸਕਦੇ ਆ ਠੀਕ ਹੈ ਇਹ ਪਾਰਟੀਕਲ ਇੱਕ ਦੋ ਤਰ੍ਹਾਂ ਦੇ ਇਫੈਕਟ ਨੇ ਆਪਣੇ ਕੋਲੇ ਟਿੰਡਲ ਇਫੈਕਟ ਤੇ ਬਰੋਨੀਆਂਨ ਮੂਵਮੈਂਟ ਟਿੰਡਲ ਇਫੈਕਟ ਕੀ ਹੁੰਦਾ ਆਪਣੇ ਕੋਲ ਕਿ ਜਦੋਂ ਆਪਾਂ ਲਾਈਟ ਪਾਸ ਕਰਾਉਣੀ ਹੈ ਸੋਲੂਸ਼ਨ ਦੇ ਵਿੱਚੋਂ ਦੀ ਤਾਂ ਸੋਲੂਸ਼ਨ ਦੇ ਪਾਰਟੀਕਲ ਆਪਾਂ ਨੂੰ ਵਿਜ਼ੀਬਲ ਹੁੰਦੇ ਨੇ ਜਾਂ ਨਹੀਂ ਹੁੰਦੇ ਤਾਂ ਇਹ ਤਾਂ ਬਿਲਕੁਲ ਝੰਦ ਨੇ ਆਪਸ ਦੇ ਵਿੱਚ ਠੀਕ ਹੈ ਇਹ ਪਾਰਟੀਕਲ ਕਿਹਾ ਵਿਜ਼ੀਬਲ ਨਹੀਂ ਹੁੰਦੇ ਇੱਥੇ ਵੀ ਕੀ ਆਣਾ ਸੀ ਸੋਰੀ ਇਥੇ ਨਾਟ ਆਣਾ ਸੀ ਨਾਟ ਵਿਜੀਬਲ ਬਾਏ ਨੇਕਡ ਆਈਸ ਕਿਉਂਕਿ ਇਹ ਪਾਰਟੀਕਲ ਬਹੁਤ ਛੋਟੇ ਹੈਗੇ ਟ੍ਰੂ ਸলিউਸ਼ਨ ਦੇ ਇਸ ਕਰਕੇ ਆਪਾਂ ਇਹਨੂੰ ਆਪਣੀ ਅੱਖਾਂ ਨਾਲ ਦੇਖ ਹੀ ਨਹੀਂ ਸਕਦੇ ਠੀਕ ਹੈ ਸੈਕਿੰਡ ਦੇ ਨੇ ਜਿਹੜੇ ਥੋੜੇ ਜਿਹਾ ਵੱਡੇ ਆ ਇਹਦਾ ਮਤਲਬ ਇਹਨਾਂ ਨੂੰ ਆਪਾਂ ਦੇਖ ਸਕਦੇ ਹਾਂ ਥਰਡ ਕੀ ਹੈ ਇਹ ਬਿਲਕੁਲ ਵੀ ਟਿੰਡਲ ਇਫੈਕਟ ਸ਼ੋ ਨਹੀਂ ਕਰਦੇ ਕਲੀਅਰ ਨੈਕਸਟ ਦੇਖੋ ਬ੍ਰੌਨিয়ান ਮੂਵਮੈਂਟ ਇਹਦੇ ਵਿੱਚ ਤੁਸੀਂ ਯਾਦ ਹੀ ਕਰਨੇ ਨੇ ਪੁਆਇੰਟ ਰਿਮੈਂਬਰ ਰੱਖਣੇ ਆ ਕਿ ਵੀ ਇਹ ਸ਼ੋ ਕਰਦਾ ਨਹੀਂ ਇਹ ਕਰਦਾ ਹੈ ਤੇ ਹੋ ਸਕਦਾ ਸ਼ੋ ਕਰ ਦੇ ਕੇ ਇਹ ਪੁਆਇੰਟਸ ਨੂੰ ਤੁਸੀਂ ਯਾਦ ਕਰ ਲੈਣਾ ਹੈ ਨੈਕਸਟ ਆਪਣੇ ਕੋਲ ਆ ਗਿਆ ਸੈਚੂਰੇਸ਼ਨ ਦੇ ਬੇਸ ਤੇ ਸੈਚੂਰੇਸ਼ਨ ਦਾ ਮਤਲਬ ਹੁੰਦਾ ਸੰਤ੍ਰਿਪਤ ਕਿ ਆਪਾਂ ਜਿਹੜਾ ਵੀ ਸੋਲੂਸ਼ਨ ਬਣਾਉਣੀ ਆ ਜਿਹੜਾ ਵੀ ਘੋਲ ਬਣਾਉਣੀ ਆ ਆਪਾਂ ਉਹਨੂੰ ਕਿੰਨਾ ਕ ਵਧੀਆ ਘੋਲ ਬਣਾ ਸਕਦੇ ਆ ਉਹਦੇ ਵਿੱਚ ਜਿਹੜਾ ਆਪਾਂ ਸੋਲੂਟ ਲੈ ਲਿਆ ਘੋਲ ਕਾ ਕਿੰਨਾ ਕ ਘੋਲ ਸਕਦੇ ਆ ਆਪਾਂ ਉਹਦੇ ਬੇਸ ਤੇ ਆਪਣੇ ਕੋਲੇ ਤਿੰਨ ਤਰ੍ਹਾਂ ਦਾ ਹੁੰਦਾ ਹੈ ਸੈਚੂਰੇਟਡ アンਸੈਚੂਰੇਟਡ ਸੁਪਰ ਸੈਚੂਰੇਟਡ ਇਹ ਸੈਚੂਰੇਟਡ ਦੇਖੋ ਕੀ ਆ ਆ ਸੋਲੂਸ਼ਨ ਵਿਦ ਸੋਲੂਟ ਥੈਟ ਇਜ਼ ਡਿਸੋਲਵਰ until it is unable to dissolve any more leaving the undissolved substance at the bottom ke jaddu appa manlo appa pani de vich khand gol rahe ha appa kinni khand gol sakde ha manlo 1 liter pani le le appane ohde vich appa kinni khand gol sakde ha oh ki huga saturated solution ke jinni golgi golgi is to zyada nahi gol sakdi theek hai us to baad chawe apne kol ye ki banju santript gol banju apne kol santript jinna golna chahinda si ਅਨਸੈਚੁਰੇਟਡ ਹੁੰਦਾ ਹੈ ਅਸੰਤ੍ਰਿਪਤ ਮਤਲਬ ਕਿ ਅ ਸলিউਸ਼ਨ ਵਿਦ ਲੈਸ ਸਲੂਟ ਦੈਨ ਦਾ ਸੈਚੁਰੇਟਡ ਕਿ ਆਪਾਂ ਨੇ ਘੱਟ ਘੋਲਿਆ ਠੀਕ ਹੈ ਮਤਲਬ ਕਿ ਇੰਨਾ ਘੋਲਿਆ ਵੀ ਬਾਕੀ ਕੋਈ ਬਚੇ ਨਾ ਵੀ ਨੀਚੇ ਨਾ ਬੈਠ ਜੇ ਇਹਦੇ ਵਿੱਚ ਕੀ ਹੋਊਗਾ ਜੇ ਆਪਾਂ ਜ਼ਿਆਦਾ ਘੋਲਾਂਗੇ ਤਾਂ ਜਿਹੜਾ ਬਾਕੀ ਜਿਹੜਾ ਨਹੀਂ ਘੁਲੂਗਾ ਨੀਚੇ ਬੈਠ ਜੂ ਜਾ ਕੇ ਬੋਟਮ ਤੇ ਇਹਦੇ ਵਿੱਚ ਕੋਈ ਵੀ ਸলিউਸ਼ਨ ਬਾਕੀ ਨਹੀਂ ਬਚਦਾ ਹੈਗਾ ਸਲੂਟ ਸੁਪਰ ਸੈਚੁਰੇਟਡ ਦੇ ਵਿੱਚ ਦੇਖੋ ਆ ਸলিউਸ਼ਨ ਵਿਦ ਮੋਰ ਸਲੂਟ ਦੈਨ ਦਾ ਸੈਚੁਰੇਟਡ ਡਾਟ ਕੋਨਟੇਨ ਮੋਰ ਅਨਡਿਸੋਲਵਡ ਸੋਲੂਟ ਇਹਦੇ ਵਿੱਚ ਆਪਾਂ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਵਾਂਗੇ ਕਿ ਉਹ ਨੀਚੇ ਜਾ ਕੇ ਬੈਠ ਜੂ ਕ੍ਰਿਸਟਲ ਬਣ ਜਾਣਗੇ ਉਹਦੇ ਨੀਚੇ ਜਾ ਕੇ ਜਮਾ ਹੋਣ ਲੱਗ ਜੂਗਾ ਜਿਸ ਤਰ੍ਹਾਂ ਆਪਾਂ ਪਾਣੀ ਦੇ ਵਿੱਚ ਮਿੱਟੀ ਘੋਲ ਦਈਓ ਨੀਚੇ ਬੈਠ ਜਾਂਦੀ ਆ ਉਹਨੂੰ ਆਪਾਂ ਕਹਿੰਦੇ ਆ ਸੁਪਰ ਸੈਚੂਰੇਟਡ ਸੋਲੂਸ਼ਨਸ ਕਲੀਅਰ ਹਾਂਜੀ ਅੱਜ ਦਾ ਆਪਾਂ ਇੰਨਾ ਹੀ ਟੌਪਿਕ ਕਰਾਂਗੇ ਆਈ ਹੋਪ ਤੁਹਾਨੂੰ ਸਭ ਨੂੰ ਸਮਝ ਆਇਆ ਹੋਊਗਾ ਅਗਰ ਕਿਸੇ ਦਾ ਵੀ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਡਾਊਟ ਸ਼ੇਅਰ ਕਰ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਸਮਝ ਲੱਗ ਰਹੀਆਂ ਨੇ ਜੇ ਕੋਈ ਤੁਸੀਂ ਵੀਊ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਦੇ ਸਕਦੇ ਹੋ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ